ਪਿਆਰ ਭਰੀ ਸਤਿ ਸ੍ਰੀ ਅਕਾਲ ਜੈਸ ਪਿਊਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਇੰਟਰਨੈਸ਼ਨਲ ਪੰਜਾਬੀ ਲੈਂਗੁਏਜ ਓਲੰਪੀਅਡ 2023 ਦੇ ਵਿੱਚ ਆਉਣ ਵਾਲੇ ਸਿਲੇਬਸ ਦੇ ਬਾਰੇ, ਕਿਹੜਾ ਸਿਲੇਬਸ ਹੈ ਜਿਹਦੇ ਵਿੱਚ ਤੁਹਾਨੂੰ MCQ ਦੇਖਣ ਨੂੰ ਮਿਲਣਗੇ, ਕਿਹੜੇ-ਕਿਹੜੇ ਟੌਪਿਕ ਦੇ ਵਿੱਚ ਤੁਹਾਨੂੰ ਕੁਐਸਚਨ ਆ ਸਕਦੇ ਨੇ, ਕਿਸ ਤਰੀਕੇ ਦੇ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਣਗੇ, ਐਂਡ ਕੀ ਤੁਸੀਂ ਇਸ ਓਲੰਪੀਅਡ ਦੀ ਤਿਆਰੀ ਜਿਹੜੀ ਆ ਵੀਡੀਓ ਦੇ ਰਾਹੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਰੂਪ ਦੇ ਵਿੱਚ ਜ਼ਰੂਰ ਦੱਸ ਦਿਓ। ਐਂਡ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਸੇ ਚੈਨਲ ਦੇ ਉੱਤੇ ਅਸੀਂ 6th ਤੋਂ ਲੈ ਕੇ 10th ਤੱਕ ਤੁਹਾਡੇ ਐਗਜ਼ਾਮ ਦੇ ਨਾਲ ਰਿਲੇਟਡ ਇੰਪੋਰਟੈਂਟ ਕੁਐਸਚਨ ਆਨਸਰ ਦੀ ਵੀਡੀਓ ਜਿਹੜੀ ਅਪਲੋਡ ਕਰਦੇ ਰਹਿੰਦੇ ਹਾਂ, ਚਾਹੇ ਉਹ ਮੈਥ ਹੈ, ਸਾਇੰਸ ਹੈ, ਇੰਗਲਿਸ਼ ਹੈ, ਕੰਪਿਊਟਰ ਹੈ, ਕੋਈ ਵੀ ਸਬਜੈਕਟ ਹੈ ਉਹਦੇ ਨਾਲ ਰਿਲੇਟਡ ਅਸੀਂ ਜਿਹੜੀ ਵੀਡੀਓ ਹੈ ਜ਼ਰੂਰ ਅਸੀਂ ਅਪਲੋਡ ਕਰਦੇ ਹਾਂ। ਐਂਡ ਮੇਰੇ ਦੁਆਰਾ ਦੱਸੇ ਗਏ ਕੁਐਸਚਨਾਂ ਦੇ ਵਿੱਚੋਂ 90% ਕੁਐਸਚਨ ਜਿਹੜੇ ਨੇ ਉਹ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਜ਼ਰੂਰ ਮਿਲਣਗੇ, ਚਾਹੇ ਉਹ ਬੋਰਡ ਦੇ ਐਗਜ਼ਾਮ ਹੋਣ, ਚਾਹੇ ਉਹ ਤੁਹਾਡੇ ਪ੍ਰੀ ਬੋਰਡ ਦੇ ਐਗਜ਼ਾਮ ਹੋਣ। ਜਿਨ੍ਹਾਂ ਨੇ ਵੀ ਮੇਰੇ ਇਸ ਚੈਨਲ ਤੋਂ ਆ ਕੇ ਤਿਆਰੀ ਕੀਤੀ ਹੈ ਉਹਨਾਂ ਨੇ 90% ਨੰਬਰ ਜਿਹੜੇ ਆ ਜ਼ਰੂਰ ਗੇਨ ਕੀਤੇ ਆ। ਕੀ ਬਾਤ ਹੈ ਸਰ, ਕੀ ਬਾਤ ਹੈ ਸਰ, ਕੀ ਬਾਤ, ਇਹ ਬਾਤ ਹੈ। ਸੋ ਜਿਨ੍ਹਾਂ ਸਟੂਡੈਂਟ ਨੇ ਵੀ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਉਹਨਾਂ ਤੱਕ ਜਲਦੀ ਪਹੁੰਚ ਜਾਵੇ ਤੇ ਆਪਣੇ ਐਗਜ਼ਾਮ ਦੀ ਤਿਆਰੀ ਚੰਗੇ ਤਰੀਕੇ ਨਾਲ ਕਰ ਸਕਣ। ਸੋ ਚਲੋ ਜੀ ਫਿਰ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ, ਇੰਟਰਨੈਸ਼ਨਲ ਪੰਜਾਬੀ ਲੈਂਗੁਏਜ ਓਲੰਪੀਅਡ 2023। ਜਿਹੜੇ ਤੁਹਾਨੂੰ ਸਿਲੇਬਸ ਦੇ ਵਿੱਚ ਦੇਖਣ ਮਿਲਣਗੇ ਵੀ ਕਿਹੜੇ ਕਿਹੜੇ ਟੌਪਿਕ ਦੇ ਵਿੱਚ ਤੁਹਾਨੂੰ ਕੁਐਸਚਨ ਆ ਸਕਦੇ ਨੇ, ਪਹਿਲਾ ਟੌਪਿਕ ਹੈ ਜੀ ਆਪਣੇ ਕੋਲ ਪੰਜਾਬ ਸੰਬੰਧੀ ਸੰਖੇਪ ਜਾਣਕਾਰੀ, ਦੂਜਾ ਜੀ ਆਪਣੇ ਕੋਲ ਗੁਰੂ ਸਾਹਿਬਾਨ ਅਤੇ ਸਿੱਖ ਰਾਜ ਸੰਬੰਧੀ ਸੰਖੇਪ ਜਾਣਕਾਰੀ, ਤੀਸਰਾ ਆਪਣੇ ਕੋਲ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਇਹਦੇ ਵਿੱਚੋਂ ਦੇਖਣ ਨੂੰ ਮਿਲਣਗੇ, ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾ, ਪੰਜਾਬੀ ਲੋਕ ਸਾਹਿਤ, ਅਲੋਪ ਹੋ ਰਹੇ ਪੰਜਾਬੀ ਸ਼ਬਦ, ਗਿਣਤੀ, ਦੇਸੀ ਅੰਗਰੇਜ਼ੀ ਮਹੀਨਿਆਂ ਦੇ ਨਾਮ, 8th ਨੰਬਰ ਤੇ ਆਪਣੇ ਕੋਲ ਵਿਆਕਰਨ, ਐਂਡ 9th ਨੰਬਰ ਤੇ ਆਪਣੇ ਕੋਲ ਪੈਰਾ ਰਚਨਾ। ਸੋ ਇਹਨਾਂ ਟੌਪਿਕ ਦੇ ਵਿੱਚੋਂ ਤੁਹਾਨੂੰ ਜਿਹੜੇ ਆ ਇੰਪੋਰਟੈਂਟ ਕੁਐਸਚਨ ਆਨਸਰ ਤੁਹਾਨੂੰ ਉਹ ਦੇਖਣ ਨੂੰ ਮਿਲ ਜਾਣਗੇ। ਅੱਜ ਅਸੀਂ ਫਸਟ ਟੌਪਿਕ ਦੇ ਬਾਰੇ ਆਪਾਂ ਡਿਸਕਸ ਕਰਾਂਗੇ, ਪੰਜਾਬੀ ਸੰਬੰਧੀ ਸੰਖੇਪ ਜਾਣਕਾਰੀ, ਆਮ ਜਾਣਕਾਰੀ ਆਪਾਂ ਇਹਦੇ ਵਿੱਚ ਦੇਖਾਂਗੇ। ਸਭ ਤੋਂ ਪਹਿਲਾਂ ਆਪਣੇ ਕੋਲ ਮੌਜੂਦਾ ਪੰਜਾਬ ਦੀ ਉਤਪਤੀ ਕਦੋਂ ਹੋਈ, 1 ਨਵੰਬਰ 1966, 1 ਨਵੰਬਰ 1966, ਐਂਡ ਇਹਦੀ ਰਾਜਧਾਨੀ ਯਾਨੀ ਕੈਪੀਟਲ ਕੀ ਆ ਆਪਣੇ ਕੋਲ, ਉਹ ਚੰਡੀਗੜ੍ਹ। ਨੈਕਸਟ ਹੈ ਜੀ ਆਪਣੇ ਕੋਲ ਰਾਜ ਪਸ਼ੂ ਕਾਲਾ ਹਿਰਨ, ਰਾਜ ਪੰਛੀ ਕਿਹੜਾ ਆਪਣੇ ਪੰਜਾਬ ਦਾ, ਬਾਜ਼, ਰਾਜ ਦਰਖਤ ਕਿਹੜਾ ਆਪਣਾ, ਬੋੜ, ਰਾਜ ਭਾਸ਼ਾ ਕਿਹੜੀ ਆਪਣੀ, ਉਹ ਸਾਰਿਆਂ ਨੂੰ ਪਤਾ ਹੀ ਹੈ ਪੰਜਾਬੀ ਹੈ। ਕਤਰੇ ਤਾਂ ਆਪਣੇ ਕਿੱਥੇ ਹੈ ਜੀ, ਉਹ ਚੰਡੀਗੜ੍ਹ ਦੇ ਵਿੱਚ ਹੈ। ਉੱਚ ਅਦਾਲਤ ਕਿੱਥੇ ਹੈ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਇਹ ਚੰਡੀਗੜ੍ਹ ਹੈ। ਪੰਜਾਬ ਦੇ ਪਹਿਲੇ ਮੁੱਖ ਮੰਤਰੀ ਦਾ ਨਾਮ ਕੀ ਸੀਗਾ, ਡਾਕਟਰ ਗੋਪੀ ਚੰਦ ਭਾਰਗਵ, ਇਹ ਪਹਿਲੇ ਮੁੱਖ ਮੰਤਰੀ ਦਾ ਨਾਮ ਸੀ। ਇੱਕ PDF ਵੀ ਬਣੀ ਹੋਈ ਆ ਪ੍ਰੋਪਰ, ਜਦੋਂ ਤੁਸੀਂ ਆਪਣੇ ਇਸ ਐਗਜ਼ਾਮ ਦੀ ਰਜਿਸਟ੍ਰੇਸ਼ਨ ਕਰਾਈ ਹੋਏਗੀ ਤਾਂ ਤੁਹਾਨੂੰ ਮਤਲਬ ਕਿ ਉੱਤੇ ਕੁਐਸਚਨ ਆਇਆ ਹੋਊਗਾ PDF ਨੂੰ ਡਾਊਨਲੋਡ ਕਰਨ ਦਾ। ਪਰ ਇਸ ਨੂੰ ਮਤਲਬ ਕਿ ਆਪਾਂ ਪੜ੍ਹਨਾ ਕਿਵੇਂ ਆ, ਕਿਸ ਤਰ੍ਹਾਂ ਮਤਲਬ ਕਿ ਇਹਦੇ ਵਿੱਚੋਂ ਤਿਆਰੀ ਕਰਨੀ ਹੈ, ਆਪਾਂ ਨਾਲ ਇਸ ਵੀਡੀਓ ਵਿੱਚ ਡਿਸਕਸ ਕਰਦੇ ਜਾਵਾਂਗੇ, ਨਾਲ ਆਪਾਂ ਇਹਨੂੰ ਪੜ੍ਹਦੇ ਜਾਵਾਂਗੇ। ਦੇਖੋ ਜਿਵੇਂ ਪਹਿਲਾਂ ਕੁਐਸਚਨ ਇੱਥੇ ਬਣ ਕੇ ਆ ਸਕਦਾ, ਜਿਵੇਂ ਪੰਜਾਬੀ ਸ਼ਬਦ ਕਿਹੜੀ ਭਾਸ਼ਾ ਦੇ ਸ਼ਬਦ ਤੋਂ ਲਿਆ ਗਿਆ, ਤਾਂ ਫਾਰਸੀ ਭਾਸ਼ਾ ਦਾ ਸ਼ਬਦ ਜਿਹੜਾ ਇਹ ਬਣਿਆ, ਕਿਹੜੇ ਦੋ ਸ਼ਬਦਾਂ ਦਾ ਸੁਮੇਲ ਤੋਂ ਬਣਿਆ, ਪੰਜ ਅਤੇ ਆਪ ਦੇ ਸੁਮੇਲ ਤੋਂ ਬਣਿਆ। ਪੰਜ ਦਾ ਅਰਥ ਆਪਣੇ ਕੋਲ ਕੀ ਹੈ, ਪਾਂਜੀ ਹੈ। ਆਪ ਦਾ ਅਰਥ ਕੀ ਹੈ, ਪਾਣੀ ਹੈ। ਹੋਰ ਪੰਜਾਬ ਨੂੰ ਕੀ ਕਿਹਾ ਜਾਂਦਾ ਹੈ, ਪੰਜ ਦਰਿਆਵਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਇਸ ਸ਼ਬਦ ਦੀ ਪਹਿਲੀ ਵਰਤੋਂ ਕਿਸਨੇ ਕੀਤੀ, ਇਸ ਸ਼ਬਦ ਦੀ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਦੇ ਵਿੱਚ ਮਿਲਦੀ ਹੈ। ਕਿਹੜੀ ਸਦੀ ਦੇ ਵਿੱਚ ਇਬਨ ਬਤੂਤਾ ਪੰਜਾਬ ਆਇਆ ਸੀ, 14th ਸਦੀ ਦੇ ਵਿੱਚ ਇਸ ਇਲਾਕੇ ਦੇ ਵਿੱਚ ਆਇਆ ਸੀਗਾ ਉਹ। 16th ਸਦੀ ਦੇ ਵਿੱਚ ਕਿਸ ਦੀ ਕਿਤਾਬ ਦੇ ਵਿੱਚ ਇਹ ਸ਼ਬਦ ਦੀ ਵਰਤੋਂ ਮਿਲਦੀ ਹੈ, ਆਪਾਂ ਨੂੰ ਮਿਲਦੀ ਹੈ ਜੀ, ਉਹ ਤਵਾਰੀਖ ਸ਼ੇਰ ਸ਼ਾਹ ਸੂਰੀ ਦੀ ਕਿਤਾਬ ਦੇ ਵਿੱਚ ਮਿਲਦੀ ਹੈ। ਕਿਸ ਦੇ ਹਵਾਲੇ ਦੇ ਨਾਲ ਉਹਨੇ ਮਤਲਬ ਕਿ ਇਹ 'ਚ ਵਰਤੋਂ ਕੀਤੀ ਹੈ, ਤਾਂ ਉਹ ਜਿਹੜੀ ਪੰਜਾਬ ਸ਼ਬਦ ਦੀ ਵਰਤੋਂ ਕੀਤੀ ਉਹਨੇ ਸ਼ੇਰ ਖਾਂ ਦੇ ਕਿਲੇ ਦੀ ਉਸਾਰੀ ਦੇ ਹਵਾਲੇ ਦੇ ਨਾਲ ਆਉਂਦਾ ਇਹਦੇ ਵਿੱਚ। ਇਹਨਾਂ ਤੋਂ ਪਹਿਲਾਂ ਪੰਜਾਬ ਦੀ ਮਤਲਬ ਕਿ ਸ਼ਬਦ ਦੀ ਵਰਤੋਂ ਜਿਹੜੀ ਹੈ ਕਿੱਥੇ ਹੋਈ ਹੈ, ਤਾਂ ਮਹਾਭਾਰਤ ਦੇ ਕਿਸੇ ਕਹਾਣੀਆਂ ਦੇ ਵਿੱਚ ਹੋਈ ਹੈ। ਕਿਸ ਰੂਪ ਦੇ ਵਿੱਚ ਹੋਈ ਹੈ, ਪੰਚ ਨੰਦ ਯਾਨੀ ਪੰਚ ਨਦੀਆਂ ਦੇ ਹਵਾਲੇ ਦੇ ਨਾਲ ਮਤਲਬ ਕਿ ਇੱਥੇ ਮਿਲਦੀ ਹੈ। ਇਹਨਾਂ ਤੋਂ ਬਾਅਦ ਕਿਸ ਦੀ ਲਿਖਤਾਂ ਦੇ ਵਿੱਚ ਮਿਲਦੀ ਹੈ, ਤਾਂ ਅਬੁਲ ਫਜ਼ਲ ਦੇ ਮਤਲਬ ਕਿ ਆਈਨੇ ਅਕਬਰੀ ਦੇ ਵਿੱਚ ਇਸਦਾ ਜ਼ਿਕਰ ਆਇਆ ਹੋਇਆ। ਉਹ ਕੀ ਦੱਸਦਾ ਆਪਣੇ ਇਹਨਾਂ ਇਲਾਕਿਆਂ ਦੇ, ਉਹ ਕੀ ਦੱਸਦਾ ਇਹਦੇ ਵਿੱਚ, ਉਹ ਦੱਸਦਾ ਕਿ ਮਤਲਬ ਕਿ ਇਹ ਇਲਾਕਾ ਜਿਹੜਾ ਹੈਗਾ ਇਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ। ਕਿਹੜੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀਗਾ, ਅਬੁਲ ਫਜ਼ਲ ਨੇ, ਇਹ ਤੁਸੀਂ ਯਾਦ ਰੱਖਣਾ ਵੀ ਅਬੁਲ ਫਜ਼ਲ ਦੇ ਅਨੁਸਾਰ ਕਿਹੜੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ ਉਦੋਂ, ਲਾਹੌਰ ਤੇ ਮੁਲਤਾਨ। ਆਈਨੇ ਕੁਰੇ ਦੇ ਦੂਜੇ ਹਿੱਸੇ ਦੇ ਵਿੱਚ ਅਬੁਲ ਫਜ਼ਲ ਨੇ ਕੀ ਲਿਖਿਆ, ਪੰਜਾਬ ਨੂੰ ਉਹਨੇ ਲਿਖਿਆ ਪੰਚ ਨੰਦ, ਜਿਹੜਾ ਉਹਨੇ ਲਿਖਿਆ ਦੂਜੇ ਹਿੱਸੇ ਦੇ ਵਿੱਚ। ਅੱਜ ਕੱਲ੍ਹ ਕਿਹੜੇ ਦਰਿਆ ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜੇ ਉਹ ਵਗ ਰਹੇ ਨੇ, ਉਹਦਾ ਨਾਮ ਹੈ ਜੀ ਚਨਾਬ ਅਤੇ ਜੇਹਲਮ। ਬਾਕੀ 3 ਦਰਿਆ ਕਿਹੜੇ ਨੇ ਆਪਣੇ ਕੋਲ, ਸਤਲੁਜ, ਬਿਆਸ ਅਤੇ ਰਾਵੀ। ਇਹ ਭਾਰਤ ਤੋਂ ਬਾਅਦ ਕਿੱਥੇ ਪ੍ਰਵੇਸ਼ ਕਰਦੇ ਨੇ, ਭਾਰਤ ਵਿੱਚੋਂ ਹੁੰਦੇ ਪਾਕਿਸਤਾਨ ਦੇ ਵਿੱਚ ਪ੍ਰਵੇਸ਼ ਕਰਦੇ ਨੇ। ਸਭ ਤੋਂ ਪੁਰਾਣੀ ਸਭਿਅਤਾ ਕਿਹੜੀ ਹੈ, ਸਿੰਧੂ ਘਾਟੀ ਦੀ ਸਭਿਅਤਾ ਸਭ ਤੋਂ ਪੁਰਾਣੀ ਹੈ। ਇਸ ਤੋਂ ਇਲਾਵਾ ਕਿਹੜਾ ਨਾਮ ਲਿਆ ਜਾਂਦਾ ਹੈ, ਇਸਦੇ ਖਤਮ ਹੋਣ ਦੇ ਨਾਲ ਪੰਜਾਬ ਦੀ ਧਰਤੀ 'ਤੇ ਵੈਦਿਕ ਸਭਿਅਤਾ ਦਾ ਨਾਮ ਜਿਹੜਾ
ਲਿਆ ਜਾ ਸਕਦਾ ਹੈ। ਪੰਜਾਬ ਦੇ ਵਿੱਚ ਕਿਹੜੇ ਕਿਹੜੇ ਹਮਲਾਵਰ ਆਏ, ਤੁਰਕ ਆਏ, ਸ਼ੱਕ ਆਏ, ਮੁਗਲ, ਹੂਣ, ਕੁਸ਼ਾਣ, ਗੁਪਤ, ਇਹ ਸਾਰੇ ਮਤਲਬ ਕਿ ਹਮਲਾਵਰ ਜਿਹੜੇ ਆ ਪੰਜਾਬ ਦੇ ਵਿੱਚ ਆਏ, ਜਿਨ੍ਹਾਂ ਦੇ ਕਰਕੇ ਕਈ ਜਿਹੜੀਆਂ ਸੱਭਿਅਤਾਵਾਂ ਜਿਹੜੀਆਂ ਉਹ ਵਿਕਸਿਤ ਵੀ ਹੋਈਆਂ। ਸਭ ਤੋਂ ਪਿੱਛੋਂ ਪੰਜਾਬ 'ਤੇ ਕਿਸ ਨੇ ਰਾਜ ਕੀਤਾ? ਤਾਂ ਅੰਗਰੇਜ਼ਾਂ ਨੇ ਰਾਜ ਕੀਤਾ। ਸਭ ਤੋਂ ਬਾਅਦ ਦੇ ਵਿੱਚ ਸੱਭਿਆਚਾਰ ਨੂੰ ਕਿਸ ਤਰੀਕੇ ਦਾ ਸੱਭਿਆਚਾਰ ਕਿਹਾ ਜਾਂਦਾ? ਮਿਸ਼ਰਿਤ ਸੱਭਿਆਚਾਰ ਵੀ ਇਹਨੂੰ ਕਿਹਾ ਜਾਂਦਾ। ਮਨੋਰੰਜਨ ਦਾ ਸਾਧਨ ਕਿਹੜਾ ਹੁੰਦਾ ਸੀਗਾ? ਪਹਿਲਾਂ ਪੰਜਾਬ ਦੇ ਵਿੱਚ ਮੇਲੇ ਜਿਹੜੇ ਨੇ ਉਹ ਮਨੋਰੰਜਨ ਦਾ ਸਾਧਨ ਹੁੰਦੇ ਸੀਗੇ। ਜਿਹੜੇ ਜੈਂਟ ਸੀਗੇ, ਮੁੰਡੇ ਸੀਗੇ, ਉਹ ਕੀ ਮਤਲਬ ਕਿ ਬੰਨ ਕੇ ਆਪਣਾ ਉੱਥੇ ਮੇਲਾ ਦੇਖਣ ਜਾਂਦੇ ਸੀ? ਤਾਂ ਤੁਰਲੇ ਵਾਲੀ ਪੱਗ ਤੇ ਫੱਬਵੇਂ ਕੁੜਤੇ ਚਾਦਰੇ ਇਹ ਬੰਨਦੇ ਸੀ। ਤੇ ਜਿਹੜੀਆਂ ਉਦੋਂ ਕੁੜੀਆਂ ਜਾਂ ਮਤਲਬ ਕਿ ਲੇਡੀ ਜਿਹੜੀ ਸੀਗੀਆਂ ਉਹ ਕੀ ਕਰਦੀਆਂ ਸੀ? ਕੁੜੀਆਂ ਨੇ ਵੀ ਫੁਲਕਾਰੀਆਂ ਲੈ ਕੇ ਮਤਲਬ ਕਿ ਇਹ ਜਾਂਦੀਆਂ ਸਨ। ਕਿਹਨਾਂ ਦੇ ਘੋਲ ਜਾਂ ਤਮਾਸ਼ੇ ਜਿਹੜੇ ਨੇ ਉਦੋਂ ਫੇਮਸ ਸੀਗੇ? ਤਾਂ ਮਦਾਰੀ ਦਾ ਤਮਾਸ਼ਾ ਜਿਹੜਾ ਉਦੋਂ ਫੇਮਸ ਸੀ, ਤੇ ਭਲਵਾਨਾਂ ਦੇ ਘੋਲ ਜਿਹੜੇ ਨੇ ਇਹ ਉੱਥੇ ਮੇਲਿਆਂ ਦੇ ਵਿੱਚ ਦਿਖਾਏ ਜਾਂਦੇ ਸੀ। ਸਲਾਨਾ ਤਾਪਮਾਨ ਜਿਹੜਾ ਪੰਜਾਬ ਦੇ ਵਿੱਚ ਕੀ ਮੰਨਿਆ ਗਿਆ? -4 ਤੋਂ ਲੈ ਕੇ 47 ਡਿਗਰੀ ਸੈਲਸੀਅਸ ਤੱਕ ਇਹਦਾ ਸਲਾਨਾ ਤਾਪਮਾਨ ਜਿਹੜਾ ਉਹ ਮੰਨਿਆ ਜਾਂਦਾ। ਕਿਹੜੇ ਇਲਾਕੇ ਦੇ ਵਿੱਚ ਜਿਹੜੀ ਭਾਰੀ ਵਰਖਾ ਹੁੰਦੀ ਹੈ? ਤਾਂ ਹਿਮਾਲਾ ਦੇ ਪੈਰਾਂ ਦੇ ਵਿੱਚ ਵਸੇ ਉੱਤਰ ਪੂਰਬੀ ਇਲਾਕੇ ਦੇ ਵਿੱਚ ਭਾਰੀ ਜਿਹੜੀ ਆ ਵਰਖਾ ਹੁੰਦੀ ਹੈ। ਤੇ ਐਨ ਘੱਟ ਵਰਖਾ ਕਿੱਥੇ ਹੁੰਦੀ ਹੈ? ਦੱਖਣ ਅਤੇ ਪੱਛਮ ਵੱਲ ਪੈਂਦੇ ਇਲਾਕਿਆਂ ਦੇ ਵਿੱਚ ਮੀਂਹ ਘੱਟ ਪੈਂਦੇ ਆ ਤੇ ਤਾਪਮਾਨ ਜਿਹੜਾ ਉੱਥੇ ਵੱਧ ਹੁੰਦਾ। ਜਲਵਾਯੂ ਕਿਸ ਨੂੰ ਕਿਹਾ ਜਾਂਦਾ ਹੈ? ਜਾਂ ਮਤਲਬ ਕਿ ਇੱਕ ਆਪਣੇ ਕੋਲ ਲਾਈਨ ਦਿੱਤੀ ਹੋਊਗੀ, ਜਿਸ ਤਰ੍ਹਾਂ ਆਪਣੇ ਕੋਲ ਕਿਸੇ ਸਥਾਨ ਦੇ ਲੰਮੇ ਸਮੇਂ ਤੋਂ ਸਥਾਈ ਔਸਤਨ ਵਾਤਾਵਰਣ ਹਾਲਾਤ ਨੂੰ ਉੱਥੋਂ ਦਾ ਕੀ ਕਿਹਾ ਜਾਂਦਾ ਹੈ? ਤਾਂ ਆਂਸਰ ਆ ਜਾਏਗਾ ਆਪਣੇ ਕੋਲ, ਜਲਵਾਯੂ ਕਿਹਾ ਜਾਂਦਾ ਹੈ। ਮੌਸਮ ਅਤੇ ਭੂਗੋਲ ਵਿਗਿਆਨੀ ਮੁੱਖ ਤੌਰ ਤੇ 3 ਰੁੱਤਾਂ ਮੰਨਦੇ ਆ। ਤੁਸੀਂ ਯਾਦ ਰੱਖਣਾ ਵੀ ਮੌਸਮ ਅਤੇ ਭੂਗੋਲ ਵਿਗਿਆਨੀ ਜਿਹੜੇ ਮੁੱਖ ਤੌਰ ਤੇ ਕਿੰਨੀ ਰੁੱਤਾਂ ਮੰਨਦੇ ਨੇ? ਇਹ 3 ਰੁੱਤਾਂ ਮੰਨਦੇ ਨੇ। ਤੇ ਪਰਿਵਰਤਨ ਕਾਲ ਸੰਬੰਧੀ ਪੰਜਾਬ ਦੇ ਵਿੱਚ 2 ਰੁੱਤਾਂ ਜਿਹੜੀਆਂ ਇਹ ਮੰਨੀਆਂ ਜਾਂਦੀਆਂ। ਮੁੱਖ ਰੁੱਤਾਂ ਕਿਹੜੀਆਂ ਆਪਣੇ ਕੋਲ? ਗਰਮੀ ਰੁੱਤ ਕਦੋਂ ਹੁੰਦੀ ਹੈ ਇਹ ਸਟਾਰਟ? ਮੱਧ ਅਪ੍ਰੈਲ ਤੋਂ ਜੂਨ ਦੇ ਅੰਤ ਤੱਕ ਇਹ ਕੁਐਸਚਨ ਬਣ ਜਾਂਦਾ। ਐਂਡ ਵਰਖਾ ਰੁੱਤ ਕਦੋਂ ਹੁੰਦੀ ਹੈ ਜੀ? ਜੁਲਾਈ ਦੇ ਆਰੰਭ ਤੋਂ ਸਤੰਬਰ ਦੇ ਅੰਤ ਤੱਕ ਵਰਖਾ ਰੁੱਤ ਮੰਨੀ ਜਾਂਦੀ ਹੈ। ਸਰਦ ਰੁੱਤ ਕਦੋਂ ਹੁੰਦੀ ਹੈ? ਸਰਦ ਰੁੱਤ ਹੁੰਦੀ ਹੈ ਆਪਣੀ ਦਸੰਬਰ ਦੇ ਆਰੰਭ ਤੋਂ ਲੈ ਕੇ ਫਰਵਰੀ ਦੇ ਅੰਤ ਤੱਕ ਦਸੰਬਰ ਰੁੱਤ ਹੋ ਜਾਂਦੀ ਹੈ। ਪਰਿਵਰਤਨਕਾਲੀ ਰੁੱਤਾਂ ਕਦੋਂ ਹੁੰਦੀਆਂ? ਤਾਂ ਪੱਤਝੜ ਅਕਤੂਬਰ ਤੋਂ ਨਵੰਬਰ ਦੇ ਅੰਤ ਤੱਕ ਇਹ ਮਤਲਬ ਕਿ ਪੱਤਝੜ ਦਾ ਮੌਸਮ ਹੁੰਦਾ। ਬਸੰਤ ਕਦੋਂ ਹੁੰਦੀ ਹੈ? ਤਾਂ ਮਾਰਚ ਤੋਂ ਅਪ੍ਰੈਲ ਦੇ ਮੱਧ ਤੱਕ ਜਿਹੜੀ ਹੈ ਇਹ ਬਸੰਤ ਦੀ ਰੁੱਤ ਜਿਹੜੀ ਆ ਉਹ ਮੰਨੀ ਜਾਂਦੀ ਹੈ। ਹੁਣ ਆਪਣੇ ਕੋਲ ਆ ਜਾਂਦੇ ਨੇ ਇਸੇ ਦੇ ਵਿੱਚੋਂ ਇੰਪੋਰਟੈਂਟ ਕੁਐਸਚਨ ਆਨਸਰ ਜਿਹੜੇ ਬਣੇ ਹੋਏ ਨੇ ਕਿ ਆਪਣੇ ਕੋਲ ਪਹਿਲਾਂ ਹੈ ਜੀ ਪੰਜਾਬ ਦਾ ਰਾਜ ਪੰਛੀ ਕਿਹੜਾ? ਆਪਣੇ ਕੋਲ ਆਪਾਂ ਪੜ੍ਹ ਕੇ ਆਏ ਆ ਉੱਪਰ ਬਾਜ ਜਿਹੜਾ ਰਾਜ ਪੰਛੀ ਹੈ। ਆਪ ਦਾ ਅਰਥ ਕੀ ਹੈ? ਆਪਣੇ ਕੋਲ ਪਾਣੀ ਹੁੰਦਾ ਜੀ ਆਪ ਦਾ ਅਰਥ। ਆਈਨ ਅਕਬਰੀ ਦਾ ਲੇਖਕ ਕੌਣ ਹੈ? ਆਪਾਂ ਪੜ੍ਹਿਆ ਆਪਾਂ ਹੁਣ ਅਬੁਲ ਫਜ਼ਲ ਇਹ ਆਈਨ ਅਕਬਰੀ ਦਾ ਲੇਖਕ ਹੈ। ਪੰਜਾਬ ਦੇ ਵਿੱਚ ਵਰਖਾ ਰੁੱਤ ਦੇ ਮਹੀਨੇ ਕਿਹੜੇ ਨੇ? ਜੁਲਾਈ ਤੋਂ ਲੈ ਕੇ ਸਤੰਬਰ ਜਿਹੜੀ ਹੈ ਵਰਖਾ ਰੁੱਤ ਹੁੰਦੀ ਹੈ। ਸਭ ਤੋਂ ਪੁਰਾਣੀ ਸੱਭਿਅਤਾ ਕਿਹੜੀ ਆਪਣੇ ਕੋਲ? ਸਭ ਤੋਂ ਪੁਰਾਣੀ ਸੱਭਿਅਤਾ ਹੈ ਜੀ ਆਪਣੇ ਕੋਲ ਸਿੰਧੂ ਘਾਟੀ ਦੀ ਸੱਭਿਅਤਾ ਜਿਹੜੀ ਹੈ, ਸਭ ਤੋਂ ਪੁਰਾਣੀ ਸੱਭਿਅਤਾ ਜਿਹੜੀ ਆ ਉਹ ਮੰਨੀ ਗਈ ਹੈ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਟਾਰਟਿੰਗ ਜਿਹੜੀ ਆਪਾਂ ਇਸੇ ਟੌਪਿਕ ਤੋਂ ਕੀਤੀ ਹੈ। ਐਂਡ ਕੱਲ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਗੁਰੂ ਸਾਹਿਬਾਨ ਅਤੇ ਸਿੱਖ ਰਾਜ ਸੰਬੰਧੀ ਸੰਖੇਪ ਜਾਣਕਾਰੀ, ਗੁਰੂ ਸਾਹਿਬਾਨਾਂ ਦੇ ਜੀਵਨ ਕਾਲ ਬਾਰੇ, ਗੁਰੂ ਸਾਹਿਬਾਨ ਕਿੱਥੇ ਕਿੱਥੇ ਗਏ, ਉਹਨਾਂ ਨੇ ਆਪਣੇ ਦੇ ਸਮੇਂ ਕੀ ਕਾਰ ਜਿਹੜੇ ਨੇ ਉਹ ਆਰੰਭੇ, ਐਂਡ ਸਿੱਖ ਰਾਜ ਜਿਹੜਾ ਕਦੋਂ ਬਣਿਆ, ਕਿਹੜੇ ਜਿਹੜੇ ਮੁੱਖ ਜਿਹੜੇ ਰਾਜੇ ਜਿਹੜੇ ਜਿਨ੍ਹਾਂ ਨੇ ਸਿੱਖ ਰਾਜ ਦੇ ਵਿੱਚ ਅਹਿਮ ਭੂਮਿਕਾ ਨਿਭਾਈ, ਉਹਨਾਂ ਸਾਰਿਆਂ ਦੇ ਬਾਰੇ ਆਪਾਂ ਡਿਸਕਸ ਕਰਾਂਗੇ ਕੱਲ ਦੀ ਵੀਡੀਓ ਦੇ ਵਿੱਚ। ਸੋ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਸ ਤਰੀਕੇ ਦੀ ਵੀਡੀਓ ਜਿਹੜੀ ਆ ਉਹ ਵਧੀਆ ਲੱਗ ਰਹੀ ਹੈ, ਤੁਹਾਨੂੰ ਕਿਸ ਤਰੀਕੇ ਦਾ ਪੜ੍ਹਨਾ ਜਿਹੜਾ ਵਧੀਆ ਲੱਗ ਰਿਹਾ, ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਜੁੜੇ ਰਹੋ ਜੀ ਫਿਰ ਜੈਸਟੂਡ ਦੇ ਨਾਲ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮਚ।